ਆ ਨਵਦੀਪ ਸ਼ਹੀਦ ਹੋ ਗਿਆ, ਅੰਖਾਂ ਅੰਜੂ ਨਿਆਣੇ ਕਾ ਹੈ, ਹੋਰ ਤਕੜੇ ਹੋ ਲੜਾਈ ਮੈਨੂੰ ਨੀ ਕੋਈ ਪਰਵਾਹ ਹੈ, ਪਰਚੇ ਪੁਰਚੇ ਜਿਤਨੇ ਮਰਜ਼ੀ ਬਣਾਉਣੇ ਬਣਾ ਲਓ, ਹਮ ਤਾਂ ਹੁਕਮ ਕੇ ਦਾਅਵੇਦਾਰ ਹਾਂ। ਉਹਨੇ ਤਾਂ ਕਹਿ ਦਿਆ ਬੈਰੀਗੇਡ ਤੋੜਨੇ ਆ, ਜੋ ਕੋਈ ਮੈਨੂੰ ਸਿਰਫ 5-7 ਮਿੰਟ ਦਾ ਕੰਮ ਕਰ। ਜੋ ਕਿਸਾਨ ਆ, ਛੋਟੇ ਕਿਸਾਨ ਆ, ਬੜੇ ਕਿਸਾਨ ਆ, ਆਪਾਂ ਸਾਰਿਆਂ ਨੂੰ ਲੈ ਕੇ ਚੱਲਣਾ ਆ, ਲੜਾਈ ਸਾਰਿਆਂ ਕੀ ਆ, ਕਿੱਲੇ ਕੀ ਲੜਾਈ ਨਹੀਂ। ਕਾਰਪੋਰੇਟ ਘਰਾਨੇ ਨੂੰ ਕਿ ਹੱਥ ਮਾ ਕਦੀ ਮਾਰਾ ਦੇਸ਼ ਨਾ ਚਲਾ ਜਾ, ਹਮ ਉਸਕੀ ਲੜਾਈ ਲੜ ਰਹੇ ਹਾਂ। ਹੈ ਨਹੀਂ ਸਿਸਟਮ, ਦੇਸ਼ ਕਾ ਸਿਸਟਮ ਵਿਗੜ ਗਿਆ ਸਾਰੇ ਕਾ ਸਾਰਾ, ਸਿਰਫ ਕੁਰਸੀ ਕੀ ਭੁੱਖ ਰਹਿ ਗਈ ਆ। ਅੱਜ ਅਸੀਂ ਨਵਦੀਪ ਦੇ ਪਿਤਾ ਜੀ ਦੇ ਨਾਲ ਬੈਠੇ ਹਾਂ ਅਤੇ ਹੁਣ ਇੱਥੇ ਵੱਡੇ ਕਾਫਲੇ ਨੂੰ ਰੋਕ ਲਿਆ ਗਿਆ ਵਾ, ਕਿਤੇ ਨਾ ਕਿਤੇ ਗੱਲ ਕਰਦੇ ਵੀ ਉਹਨਾਂ ਦਾ ਅੱਗੇ ਕੀ ਪਲਾਨ ਰਹੇਗਾ ਅਤੇ ਹੁਣ ਅੱਗੇ ਤੁਸੀਂ ਵਧੋਗੇ ਜੀ ਇੱਥੇ ਦੇਖ ਸਕਦੇ ਹਾਂ ਵੀ ਆਰਮੀ ਨੇ ਬਾਤਚੀਤ ਚੱਲ ਰਹੀ ਆ, ਉਸਮਾਂ ਅੱਗਾ ਵਧਣੇ ਕੀ ਬਾਤਚੀਤ ਚੱਲ ਰਹੀ ਆ ਜਾਂ ਰੁਕਣੇ ਕੀ ਬਾਤਚੀਤ ਚੱਲ ਰਹੀ ਆ, ਉਹ ਤਾਂ ਉਹਨਾਂ ਪਰ ਡਿਪੈਂਡ ਆ, ਹਮ ਤਾਂ ਹੁਕਮ ਕੇ ਦਾਅਵੇਦਾਰ ਹਾਂ। ਉਹਨਾਂ ਤੋਂ ਕਹਿ ਦਿਆ ਬੈਰੀਗੇਡ ਤੋੜਨੇ ਆ, ਜੋ ਕੋਈ ਮੈਨੂੰ ਸਿਰਫ 5-7 ਮਿੰਟ ਦਾ ਕੰਮ ਮਾਰਾ। ਜੇ ਬੈਰੀਗੇਡ ਤੋੜਨ ਦਾ ਕਹਿ ਦਾ ਤੋੜ ਦੇਗੇ, ਦੇਖਾ ਆਰਡਰ ਦੇਖ ਲੈ ਲਿਆ, ਇੱਕ ਵਾਰੀ ਆਰਡਰ ਦੇ ਦੇ, ਨਾ ਜੋ ਟਿੱਪਰ ਰਹਾ ਨਾ ਜੋ ਕਬਾੜਾ ਦਾ ਰਹਾ, ਸਭ ਟਿੱਪਰ ਟੁੱਪਰ ਜੋ ਮਰਜ਼ੀ ਆ ਜਮੂਰੇ ਸਾਰਾ, ਕੋਈ ਮੈਨੂੰ ਨਹੀਂ ਕੋਈ ਪਰਵਾਹ ਹੈ ਟਿੱਪਰ ਟੁੱਪਰ ਕੀ, ਜੈਡਾ ਕਿ ਜੋਰ ਆ ਨਾ ਇਸੇ ਤੋਂ ਬੜੇ ਬੜੇ ਟਰੈਕਟਰ ਖੜੇ ਮਾਰੇ ਵਾ। ਨਵਦੀਪ ਦੇ ਨਾਲ ਬਾਕੀ ਵੀ ਜਿਹੜੇ 25 ਕਿਸਾਨ ਨੇ ਤੇ ਉਹਨਾਂ ਲਈ ਵੀ ਫਿਰ ਤੁਸੀਂ ਕੁਛ ਕਰੋਗੇ ਜਿਹੜੇ ਅੱਜ ਫੜੇ? ਹਾਂ ਬਿਲਕੁਲ ਬਿਲਕੁਲ, ਮੇਰੇ ਵਾਸਤਾ ਹਰ ਕਿਸਾਨ, ਚਾਹੇ ਉਹ ਮੇਰਾ ਇੱਕ ਏਕੜ ਦਾ ਕਿਸਾਨ ਆ, ਚਾਹੇ ਉਹ ਅੱਧੇ ਏਕੜ ਦਾ ਵੀ ਆ, ਚਾਹੇ ਉਹ 1 ਬੀਘੇ ਦਾ ਵੀ ਆ, ਚਾਹੇ ਉਹ 100 ਕਿੱਲਿਆਂ ਵਾਲਾ ਆ, ਕੋਈ ਮਜ਼ਦੂਰ ਮਜ਼ਦੂਰ, ਹਮ ਮਜ਼ਦੂਰ ਕੀ ਵੀ ਕਹਿ ਲਾ, ਮਜ਼ਦੂਰ ਕੀ ਵੀ ਆਪਣਾ, ਮੇਰੇ ਵਾਸਤੇ ਸਾਰੇ ਬਰਾਬਰ ਆ, ਚਾਹੇ ਉਹ ਛੋਟਾ ਵਪਾਰੀ ਆ, ਉਹ ਬੜਾ ਵਪਾਰੀ ਆ, ਛੋਟਾ ਦੁਕਾਨਦਾਰ ਆ, ਬੜਾ ਵਪਾਰ ਆ, ਮਜ਼ਦੂਰ ਆ, ਤੋ ਸਾਰਾ ਆ ਆਪਾਂ ਜੋ ਕਿਸਾਨ ਆ, ਛੋਟੇ ਕਿਸਾਨ ਆ, ਬੜੇ ਕਿਸਾਨ ਆ, ਆਪਾਂ ਸਾਰਿਆਂ ਨੂੰ ਲੈ ਕੇ ਚੱਲਣਾ ਆ, ਲੜਾਈ ਸਾਰਿਆਂ ਕੀ ਆ, ਕਿੱਲੇ ਕੀ ਲੜਾਈ ਨਹੀਂ। ਕਾਰਪੋਰੇਟ ਘਰਾਨੇ ਨੂੰ ਕਿ ਹੱਥ ਮਾ ਕਦੀ ਮਾਰਾ ਦੇਸ਼ ਨਾ ਚਲਾ ਜਾ, ਹਮ ਉਸਕੀ ਲੜਾਈ ਲੜ ਰਹੇ ਹਾਂ। ਇਸ ਸਮੇਂ ਨਵਦੀਪ ਤੇ ਕਿਹੜੇ ਕਿਹੜੇ ਪਰਚੇ ਦਰਜ ਨੇ? ਨਵਦੀਪ ਤੇ 16 ਪਰਚੇ ਦਰਜ ਤੇ, ਕੋਈ ਰੱਦ ਹੋਇਆ ਹੈ? ਹਾਂ, ਰੱਦ 6 ਰੱਦ ਹੋਏ ਪਿਆ, ਪਿੱਛਾ ਰਹਿ ਗਏ ਤੇ 10, ਦਸਾਂ ਮਤੇ 2 ਮੈਂ ਉਹ ਜ਼ਮਾਨਤ ਹੋ ਗਈ, ਇੱਕ ਨਗਲ ਵਾਲਾ ਤਾਂ ਉਹ ਬਿਲਕੁਲ ਖਤਮ ਹੋ ਗਿਆ, ਤਾਂ ਉਹਨੇ ਛੋਕਰੇ ਨੇ ਐਫੀਡੈਵਿਟ ਦੇ ਦਿਆ ਤਾ ਜੀ, ਮੇਰਾ ਮੈਂ ਨਾ ਨਵਦੀਪ ਆ, ਕੋਈ ਮੈਂ ਕੋਈ 5-6 ਰਹਿ ਰਹੇ ਹਾਂ, ਪਤਾ ਨਹੀਂ ਕਿਆ ਬਣਾਗਾ, ਪਤਾ ਨਹੀਂ ਕਹਾਂ ਕਹਾਂ ਤੇ ਲਿਆਵਾਂ ਕੱਢਗਾ, ਕੁਛ ਨਹੀਂ ਹੈ ਨਹੀਂ ਸਿਸਟਮ, ਦੇਸ਼ ਕਾ ਸਿਸਟਮ ਵਿਗੜ ਗਿਆ ਸਾਰੇ ਕਾ ਸਾਰਾ, ਸਿਰਫ ਕੁਰਸੀ ਕੀ ਭੁੱਖ ਰਹਿ ਗਈ ਆ, ਔਰ ਇਹ ਚੀਜ਼ਾਂ ਰਹਿ ਗਈਆਂ। ਦੇਖੋ ਰਸਤੇ ਰੋਕ ਦਈਏ, ਬੈਰੀਗੇਡ ਲੈ ਦਈਏ, ਖੱਡੇ ਪਾੜ ਦਈਏ, ਨਾ ਕੋਈ ਦੇਸ਼ ਚਲਾਉਣ ਵਾਲੀ ਬਾਤਾਂ ਥੋੜ੍ਹੀਆਂ, ਨਹੀਂ ਤਾਂ ਦੇਸ਼ ਨੂੰ ਜਾੜਨੇ ਵਾਲੀ ਬਾਤਾਂ ਆ। ਹਮ ਬੇਨਤੀ ਕਰਾਂ ਆ ਸਾਰੀ ਸਰਕਾਰਾਂ ਤੇ, ਸਾਰੇ ਪ੍ਰਸ਼ਾਸਨ ਤੇ, ਵੀ ਇਸ ਜ਼ੁਲਮ ਨੂੰ ਕਰਨੇ ਤੇ ਬੰਦ ਕਰੋ। ਮੈਂ ਨਾ ਕਰਨਾ ਗਿਆ ਤਾ, ਮੈਂ ਤਾਂ 2 ਘੰਟੇ ਲੈਣੇ ਤੇ ਸਾਰੀ, 2 ਘੰਟੇ ਲੈ ਗਾ, ਸਮਾਨ ਕਰਕੇ ਸਾਰਿਆਂ ਕਾ ਵੀ ਧੰਨਵਾਦ ਆ ਥਾਰਾ ਭਾਈ, ਅੱਗੇ ਨੂੰ ਮੋਰਚਾ ਤਕੜਾ ਕਰੋ, ਹੋਰ ਕਿਸ ਤਰ੍ਹਾਂ ਕੀ ਆਪਾਂ ਲੜਾਈ ਲੜਨੀ ਆ, ਦਿੱਲੀ ਜਾਣਾ ਨਹੀਂ ਜਾਣਾ, ਕਿਆ ਕਰਨਾ ਕਿਆ ਨਹੀਂ ਕਰਨਾ, ਨਾ ਬਾਤਾਂ ਦੀ ਮਾਰੀ, ਹੋਰ ਕਿਆ ਤਾ। ਧੰਨਵਾਦ ਕਰਨਾ ਤਾਂ ਲੋਕਾਂ ਦਾ ਵੀ, ਥਾਨੇ ਬਈ ਬਹੁਤ ਮਿਹਨਤ ਕਰੀ ਆ ਸਰਕਾਰ ਨੂੰ, ਚੁਕਾਇਆ ਕਾ ਥਾਨੇ, ਮੰਨ ਲਈ ਇੱਕ ਦਿਨ ਕਾਲ ਤੇ ਇੱਕ ਦਿਨ ਪਹਿਲਾਂ ਨਵਦੀਪ ਨੂੰ ਛੁਡਵਾ ਲਿਆ, 12 ਵਜੇ ਰਾਤ ਨੂੰ ਨਵਦੀਪ ਨੂੰ ਛੁੱਟਿਆ ਗਿਆ। ਇਸ ਤਰ੍ਹਾਂ ਦਾ ਨਵਦੀਪ ਤੇ ਤਸ਼ੱਦਦ ਹੋਇਆ ਜੇਲ੍ਹ ਵਿੱਚ, ਤੇ ਉਸ ਤੋਂ ਬਾਅਦ ਕਿਤੇ ਮਨ ਡੋਲਿਆ ਨਹੀਂ, ਇੱਕ ਪਿਓ ਦਾ ਮਨ ਫਿਰ ਵੀ ਕਿਤੇ ਨਾ ਕਿਤੇ ਹੁੰਦਾ ਵੀ ਮੇਰਾ ਪੋਤਾ, ਡੋਲਨੇ ਦਾ ਵੀ ਨਹੀਂ ਹੈ ਕਦੀ ਵੀ, ਅਗਰ ਜੈ ਸ਼ਹੀਦ ਵੀ ਹੋ ਗਏ ਨਾ ਨਵਦੀਪ, ਪਰ ਦੁੱਗਣੇ ਤਕੜੇ ਹੋਣਗੇ, ਬਿਲਕੁਲ ਦੁੱਗਣੇ ਤਕੜੇ ਗਿਆ, ਹੋਰ ਤਕੜੇ ਹੋਵਾਂਗੇ। ਜੈ ਸ਼ਹੀਦ ਮੈਂ ਹੋ ਜੂੰ, ਮੈਂ ਨਵਦੀਪ ਨੂੰ ਕਹਿ ਰਿਹਾ ਬਿਲਕੁਲ ਵੀ ਅੱਖਾਂ ਵਾਂ ਅੰਜੂ ਨਹੀਂ ਆਉਣਾ ਜੀ, ਔਰ ਨਵਦੀਪ ਸ਼ਹੀਦ ਹੋ ਗਿਆ, ਅੱਖਾਂ ਵਾਂ ਅੰਜੂ ਨਹੀਂ ਆਉਣੇ ਕਾ ਹੈ, ਹੋਰ ਤਕੜੇ ਹੋ ਲੜਾਂਗੇ। ਕਿਸ ਤਰ੍ਹਾਂ ਤਸ਼ੱਦਦ ਉਹਨਾਂ ਦੇ ਜੇਲ੍ਹ ਦੌਰਾਨ ਕੀਤਾ? ਉਹ ਤਾਂ ਚਲੋ ਪਤਾ ਗਿਆ ਹੈ ਇਨਕੇ ਪਾਸ ਸਾਰਾ ਤੰਤਰ ਆ, ਕਿਆ ਚੀਜ਼ ਆ, ਪਾਣੀ ਮਾਂ ਕਹਿ ਰਿਹਾ ਪਾਣੀ ਮਾਂ ਡੁੱਬ ਦਿਆ, ਹਮ ਅੱਧਾ ਅੱਧਾ ਘੰਟਾ ਨਹੀਂ ਨਿਕਲਦੇ, ਡਬੋਲ ਮਾਰਗਾ, ਲੈ ਆਵਾ ਮੇਰੀ ਗੱਲ, ਕੋਈ ਪਾਣੀ ਮਾਂ ਡੁੱਬਣੇ ਵਾਲਾ, ਠੀਕ ਹੈ ਨੀ, ਪੂਰਾ ਤਾਂ ਯਹਾਂ ਤੇ ਡਬੋਲ ਮਾਰੀ ਵੀ ਉਹ ਨਿਕਲਾਂਗੇ ਜਾ ਕੇ 1 ਕਿੱਲੇ ਵਾ,
ਠੀਕ ਹੈ ਨਹੀਂ ਬਾਤ ਇਹੋ ਨਹੀਂ ਹੈ ਮਨ ਨੂੰ ਇਸ ਚੀਜ਼ ਕੀ ਪਰਵਾਹ ਹੈ ਨਾ ਕੁੱਟ ਕੀ ਪਰਵਾਹ ਆ ਕਿਉਂਕਿ ਹਮ ਕੁੱਟ ਕੁੱਟ ਕਾ ਕੁੱਟ ਕੁੱਟ ਕਾ ਪੱਕੇ ਕਰੇ ਹੋਏ ਹੋਏ ਹਾਂ ਮਾਰੇ ਲੜਨਦਾਰਨ ਹੈ ਨਾ ਕਿਆ ਕੁੱਟ ਲੇਂਗੇ ਮਨ ਨੂੰ ਨਾ ਤਾਂ ਲੈ ਲੇਂਗੇ ਮਾਰੇ ਬਾ ਅੱਧਾ ਘੰਟਾ ਲੈ ਲੇਂਗੇ ਘੰਟਾ ਲੈ ਲੇਂਗੇ ਉਰੇ ਤੋਂ ਸਾਰਾ ਸਾਰਾ ਦਿਨ ਕੁੱਟੇ ਹਾਂ ਠੀਕ ਹੈ ਨਹੀਂ ਪਹਿਲਾਂ ਖੇਤਾਂ ਮੈਂ ਕੁੱਟੇ ਫਿਰ ਘਰਾਂ ਕੁੱਟੇ ਠੀਕ ਹੈ ਨਹੀਂ ਜਦ ਪਤਾ ਨਹੀਂ ਲੱਗਾ ਤਾਂ ਲੜਨਦਾਰ ਕਦ ਗੇਰ ਲੇ ਕਰਦਾ ਜਦ ਮੈਸਾਂ ਨਾ ਖੋਲੀ ਜਦ ਕੁੱਟ ਰਹੇ ਠੀਕ ਘਾਹ ਸਣਾ ਲਿਆਏ ਜਦ ਕੁੱਟ ਰਹੇ ਰੋਟੀ ਟਾਈਮ ਪਰ ਨਾ ਖਾਈ ਜਦ ਕੁੱਟ ਰਹੇ ਘਰਾਂ ਟਾਈਮ ਪਰ ਨਾ ਆਏ ਜਦ ਕੁੱਟ ਰਹੇ ਮੇਰਾ ਤਾਂ ਕੰਮੋ ਹੀ ਉਹੀ ਦਾ ਕੋਈ ਦਿੱਕਤ ਨਹੀਂ ਮੈਨੂੰ ਕੁੱਟਣੇ ਕੱਟਣੇ ਕੀ ਜਿੰਨਾ ਮਰਜ਼ੀ ਕੁੱਟ ਲੇ ਕੋਈ ਹੁਣ ਪਰ ਕੋਈ ਪਰਚਾ ਨਹੀਂ ਹੈ ਪਰਚਾ ਪੁਰਚਾ ਮੈਨੂੰ ਨਹੀਂ ਕੋਈ ਪਰਵਾਹ ਹੈ ਪਰਚੇ ਪੁਰਚੇ ਕੀ ਜਿੰਨੇ ਮਰਜ਼ੀ ਬਣਾਉਣੇ ਬਣਾ ਲਿਓ ਨਾ ਮੈਨੂੰ ਰੱਦ ਕੀ ਲੋੜ ਆ ਜਦ ਕਰਨੇ ਕਰ ਦਿਓ ਇੱਥੇ ਤੁਸੀਂ ਅੱਜ ਆਪਾਂ ਅਸੀਂ ਗੱਲ ਕੀਤੀ ਨਵਦੀਪ ਦੇ ਫਾਦਰ ਸਾਹਿਬ ਨਾਲ ਤੁਸੀਂ ਦੇਖ ਸਕਦੇ ਹੋ ਵੀ ਇੱਧਰ ਹੁਣ ਪੁਲਿਸ ਨੇ ਕਿਤੇ ਨਾ ਕਿਤੇ ਰੋਕ ਲਿਆ ਵਾ ਤੁਹਾਨੂੰ ਅੱਗੇ ਦੀਆਂ ਤਸਵੀਰਾਂ ਦਿਖਾ ਦੇਵਾਂਗੇ ਅਤੇ ਇੱਥੇ ਕਿਸਾਨਾਂ ਨੂੰ ਇੱਥੇ ਰੋਕ ਲਿਆ ਗਿਆ ਵਾ ਮੂਹਰੇ ਆਰਮੀ ਲਾਈ ਹੋਈ ਆ ਰੋਡ ਪੂਰੀ ਤਰ੍ਹਾਂ ਬਲੌਕ ਕਰ ਦਿੱਤਾ ਗਿਆ ਵਾ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਸਾਰਾ ਇੱਥੋਂ ਦਿਖਾਇਆ ਜਾਵੇ ਅਤੇ ਤੁਸੀਂ ਦੇਖ ਸਕਦੇ ਹੋ ਵੀ ਪੁਲਿਸ ਆ ਜਿਹੜੀ ਇੱਥੇ ਪੂਰੀ ਤਰ੍ਹਾਂ ਮੁਸ਼ਤੈਦ ਨਜ਼ਰ ਆ ਰਹੀ ਆ ਪੂਰਾ ਬੈਰੀਕੇਡ ਹੋ ਗਿਆ ਵਾ ਅਤੇ ਇੱਥੇ ਤੁਸੀਂ ਦੇਖ ਸਕਦੇ ਹੋ ਪੂਰੀ ਤਰ੍ਹਾਂ ਨਾਲ ਪੁਲਿਸ ਦੇ ਕੋਲ ਆ ਜਿਹੜੇ ਆਪਣੇ ਡਾਂਗਾ ਦਾ ਸਾਰੇ ਸੇਫਟੀ ਜਿਹੜੀਆਂ ਚੀਜ਼ਾਂ ਉਹਨਾਂ ਦੀਆਂ ਲਾਈਆਂ ਹੋਈਆਂ ਬੈਰੀਕੇਡ ਲਾ ਕੇ ਪੂਰੀ ਤਰ੍ਹਾਂ ਰੋਡ ਬੰਦ ਕੀਤਾ ਗਿਆ ਵਾ ਪਰਲੇ ਪਾਸੇ ਆ ਜਿਹੜਾ ਉਹ ਵੱਡਾ ਟਰੱਕ ਬਜਰੀ ਦਾ ਭਰ ਕੇ ਖੜਾਇਆ ਗਿਆ ਵਾ ਅਤੇ ਇੱਥੇ ਤੁਸੀਂ ਦੇਖ ਸਕਦੇ ਹੋ ਪਰ ਕਿਸਾਨਾਂ ਦਾ ਜਿਹੜਾ ਹੌਂਸਲਾ ਵਾ ਉਹ ਫਿਰ ਵੀ ਕਿਤੇ ਨਾ ਕਿਤੇ ਨਹੀਂ ਡੋਲ ਰਿਹਾ।